ਸੋ ਗੁੱਡ ਗੁੱਡ ਮਾਰਨਿੰਗ ਕਲਾਸ 6 ਕਲਾਸ 6 ਕੱਲ ਅਸੀਂ ਡਿਵੀਜ਼ਿਬਿਲਟੀ ਟੈਸਟ ਦੀ ਇੱਕ ਐਕਸਰਸਾਈਜ਼ ਮੈਂ ਤੁਹਾਨੂੰ ਸੈਂਡ ਕੀਤੀ ਸੀ ਅ ਬੱਚੋ ਦੇ ਬੇਸ ਤੇ ਕੁਐਸਚਨਸ ਨੇ ਉਹ ਐਕਸਰਸਾਈਜ਼ ਦੇ ਕੁਐਸਚਨਸ ਕਿਵੇਂ ਸੋਲਵ ਕਰਨੇ ਨੇ ਉਹਦੇ ਬਾਰੇ ਮੈਂ ਤੁਹਾਨੂੰ ਗਾਈਡ ਕਰ ਰਿਹਾ ਫਰਸਟ ਕੁਐਸਚਨ ਕੀ ਸੀ ਵਿਚ ਆਫ ਦਾ ਫੋਲੋਇੰਗ ਨੰਬਰ ਆਰ ਡਿਵੀਜ਼ੀਬਲ ਬਾਈ 2 ਕਿਹੜਾ ਨੰਬਰ ਹੈ ਜਿਹੜਾ ਇਹਨਾਂ ਵਿੱਚੋਂ ਕਿਹੜਾ ਨੰਬਰ ਹੈ ਜਿਹੜਾ 2 ਨਾਲ ਡਿਵਾਈਡ ਹੋ ਜਾਏਗਾ ਮੈਂ ਤੁਹਾਨੂੰ ਦੱਸਿਆ ਸੀ 2 ਵਾਸਤੇ ਕੀ ਕੰਡੀਸ਼ਨ ਸੀ जिस नंबर के पिछे की आता हो नंबर के पचे जीरो टू फोर सिक्स एट ए डिज़िट अगर आता लास्ट डिजिट अगर किसी नंबर जीरो टू फोर एट फोर सिक्स एट है तो नंबर की होएगा डिविजिबल बाय टू सो ए पिछे की आ रहा है वन तो यह होगा डिविजिबल नहीं होएगा हूँ इतने जीरो आ रहा है तो यह की होएगा डिविजल होगा इतने सैवन आ रहा है तो यह भी डिविजल नहीं होएगा ਇਥੇ ਕੀ ਆ ਰਿਹਾ ਬੱਚੇ 6 ਆ ਰਿਹਾ ਠੀਕ ਹੈ ਐਵੀ ਹੋਏਗਾ ਜਿਹਦੇ ਪਿੱਛੇ 0 ਆਏਗਾ ਯੈਸ ਉਹ ਵੀ ਹੋਏਗਾ ਜਿਹਦੇ ਪਿੱਛੇ 4 ਆਏਗਾ ਯੈਸ ਉਹ ਵੀ ਹੋਏਗਾ ਸੋ ਜਿਹੜੇ ਟਿੱਕ ਲਗਾਏ ਨੇ ਸਾਰੇ ਕੀ ਹੋਣਗੇ ਡਿਵੀਜ਼ੀਬਲ ਬਾਈ 2 ਹਾਂਜੀ ਬੱਚੇ ਦੂਜਾ ਦੂਸਰਾ ਕੁਐਸਚਨ ਕੀ ਹੈ ਵਿਚ ਆਫ ਦਾ ਫੋਲੋਇੰਗ ਨੰਬਰਸ ਆ ਡਿਵੀਜ਼ੀਬਲ ਬਾਈ 5 ਹਾਂਜੀ ਬੱਚੇ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਸ ਨੰਬਰ ਦੇ ਪਿੱਛੇ 0 ਜਾਂ 5 ਆ ਜਾਏ ਉਹ 0 ਜਾਂ 5 ਆ ਜਾਏ ਜਿਸ ਜਿਹੜਾ ਜਿਸ ਨੰਬਰ ਦਾ ਐਂਡ 0 ਜਾਂ 5 ਨਾਲ ਹੋਏਗਾ ਉਹ ਡਿਵੀਜ਼ੀਬਲ ਹੋਏਗਾ 5 ਦੇ ਨਾਲ ਕਲੀਅਰ ਸੋ ਇੱਥੇ ਕੀ ਆ ਰਿਹਾ ਬੱਚੇ ਇੱਥੇ ਆ ਰਿਹਾ 3 ਸੋ ਇਹ ਨਹੀਂ ਹੋਏਗਾ ਇੱਥੇ ਆ ਰਿਹਾ 0 ਯੈਸ ਇਹ ਹੋਏਗਾ ਇੱਥੇ ਆ ਰਿਹਾ 5 ਯੈਸ ਇਹ ਵੀ ਹੋਏਗਾ ਇੱਥੇ ਆ ਰਿਹਾ ਲਾਸਟ 5 ਯੈਸ ਇਹ ਵੀ ਹੋਏਗਾ ਇੱਥੇ ਆ ਰਿਹਾ 0 ਸੋ ਇਹ ਵੀ ਹੋਏਗਾ ਇੱਥੇ ਆ ਰਿਹਾ 5 ਯੈਸ ਇਹ ਵੀ ਹੋਏਗਾ ਕਲੀਅਰ ਜਿਹਦੇ ਪਿੱਛੇ 0 ਔਰ 5 ਆਏਗਾ ਉਹ 5 ਨਾਲ ਡਿਵਾਈਡ ਹੋ ਜਾਏਗਾ ਹਾਂਜੀ ਬੱਚੇ 10 ਵਾਸਤੇ ਸਭ ਨੂੰ ਪਤਾ ਹੈ ਜਿਹਦੇ ਪਿੱਛੇ 0 ਹੋ ਜਾਏ ਜਾਂ 0 ਤੋਂ ਜ਼ਿਆਦਾ 0 ਆ ਜਾਣ ਹਾਂ ਇੱਕ ਜ਼ੀਰੋ ਜਾਂ ਜ਼ਿਆਦਾ ਜ਼ੀਰੋ ਆ ਜਾਣ ਉਹ 10 ਡਿਵੀਜ਼ੀਬਲ ਹੋਏਗਾ ਸੋ ਇੱਥੇ 2 ਆ ਰਿਹਾ ਹੈ ਇਹ ਨੰਬਰ ਨਹੀਂ ਹੋਏਗਾ ਇੱਥੇ ਦੋ ਜ਼ੀਰੋ ਆ ਰਹੀਆਂ ਇੱਕ ਜ਼ੀਰੋ ਚਾਹੀਦੀ ਸਾਨੂੰ ਯੈਸ ਇਹ ਹੋ ਜਾਏਗਾ ਇੱਥੇ 5 ਹੈ ਜ਼ੀਰੋ ਨਹੀਂ ਹੈਗੀ ਇਸ ਕਰਕੇ ਖਤਮ ਇਹ ਨਹੀਂ ਹੋਏਗਾ ਹਾਂਜੀ ਇੱਥੇ ਲਾ ਜ਼ੀਰੋ ਆ ਰਹੀ ਹੈ ਯੈਸ ਇਹ ਵੀ ਹੋਏਗਾ ਇੱਥੇ ਵੀ ਜ਼ੀਰੋ ਆ ਰਹੀ ਹੈ ਯੈਸ ਇੱਥੇ ਵੀ ਜ਼ੀਰੋ ਆ ਰਹੀ ਹੈ ਯੈਸ ਸੋ ਬਾਕੀ ਨਹੀਂ ਹੋਣਗੇ ਬਾਕੀ ਇਹ ਹੋ ਜਾਣਗੇ ਠੀਕ ਹੈ ਹਾਂਜੀ ਵਿੱਚ ਉਹਦਾ ਫੋਨ ਨੰਬਰ ਆ ਡਿਵੀਜ਼ੀਬਲ ਬਾਈ 3 3 ਵਾਸਤੇ ਬਚੀ ਕੀ ਕੰਡੀਸ਼ਨ ਸੀ ਤੁਸੀਂ ਇਹਨਾਂ ਨੂੰ ਪਲੱਸ ਕਰਨਾ ਹੁੰਦਾ ਜਿੰਨੇ ਵੀ ਡਿਜੀਟਸ ਆਉਣਗੇ ਉਹ ਪਲੱਸ ਕਰਕੇ ਦੇਖਣਾ ਹੁੰਦਾ 3 ਦੇ ਟੇਬਲ ਤੇ ਆਉਂਦੇ ਆ ਜਾਂ 3 ਨਾਲ ਡਿਵਾਈਡ ਹੋ ਸਕਦਾ ਤੇ ਫਿਰ ਨੰਬਰ ਕੀ ਹੋਏਗਾ ਡਿਵੀਜ਼ੀਬਲ ਹੋਏਗਾ ਅਦਰਵਾਈਜ਼ ਨਹੀਂ ਹੋਏਗਾ ਚਲੋ ਪਲੱਸ ਕਰਦੇ ਆ 2 اور 6 ਕਿੰਨਾ ਹੋਏਗਾ ਬੱਚੇ 8 8 اینڈ 3 8 اینڈ 5 इज 13 ਸੋ 13 13 3 ਦੇ ਟੇਬਲ ਤੇ ਡਿਵਾਈਡ ਨਹੀਂ ਹੁੰਦਾ ਇਸ ਕਰਕੇ ਇਹ ਨਹੀਂ ਹੋਏਗਾ 7 اینڈ 4 11 11 3 ਦੇ ਟੇਬਲ ਤੇ ਨਹੀਂ ਆਉਂਦਾ ਸੋ ਇਹ ਨਹੀਂ ਹੋਏਗਾ 819 9 اینڈ 3 12 यस ट्वेल्व जुड़ा वो थ्री के टेबल तो आंदा थ्री के टेबल पर डिवाइड होंगे इस करके ए नंबर की होएगा डिविजन बाय थ्री होएगा हाँ जी बच्चे देखो वन और वन की होएगा टू टू प्लस टू फोर फोर प्लस थ्री सैवन सैवन प्लस एट नहीं ए नहीं होएगा क्योंकि एट जरा थ्री के टेबल तो नहीं आता हाँ जी सिक्स ऑर नाइन फिफ्टीन फिफ्टीन नाइन फोर नाइनटीन नाइनटीन एंड थ्री ट्वेंटी टू ट्वेंटी टू एंड फाइव ट्वेंटी सैवन सो so, यह बच्चे ट्वेंटी सैवन थ्री द टेबल से आता है तो यह भी नंबर होएगा बाद थ्री एंड फाइव एट एट एंड फाइव हाँ जी बच्चे एट एंड फाइव थर्टीन थर्टीन एंड थ्री सिक्सटीन सिक्सटीन एंड थ्री नाइनटीन सो ए भी नंबर नहीं होएगा क्लीयर नाइनटीन क्योंकि थ्री द टेबल तो नहीं आता सो बहुत ही आसान है हाँ जी बच्चे इस तरह अं देखा टेबल डिविजिबिलिटी बाय नाइन विच ऑफ द फॉलोइंग नंबर इज डिव बाय नाइन 9 ਵਾਸਤੇ ਵੀ ਉਹੀ ਆ ਸਭ ਪਲੱਸ ਕਰਨਾ ਹੁੰਦਾ ਇਹਨੂੰ ਪਲੱਸ ਕਰਨਾ ਹੁੰਦਾ 7 3 10 10 8 18 ਯਸ 18 ਜਿਹੜਾ 9 ਦੇ ਟੇਬਲ ਦੇ ਡਿਵਾਈਡ ਹੁੰਦਾ ਹੈ 9 ਦੇ ਟੇਬਲ ਤੇ ਆਂਦਾ ਹੈ ਸੋ ਇਹ ਕਿ ਹੋਏਗਾ ਇਹ 9 ਦੇ ਡਿਵੀਜ਼ੀਬਲ ਹੋਏਗਾ 4 ਇੱਥੇ ਆ 1 1 4 5 5 4 9 ਯਸ ਇਹ ਵੀ ਹੋਏਗਾ ਕਿਉਂਕਿ 9 ਦੇ ਟੇਬਲ ਤੇ 9 ਆਂਦਾ 2 7 9 10, क्यों? 9 1 10 ਐ ਨਹੀਂ ਆਏਗਾ ਬੱਚੇ ਕਿਉਂ ਕਿ 10th ਟੇਬਲ 9 ਤੇ ਨਹੀਂ ਆਂਦਾ उस फाइव टू सैवन सैवन एंड फोर इलेवन इलेवन एंड एट नाइनटीन इलेवन एंड नाइनटीन नाइनटीन प्लस वन ट्वेंटी ट्वेंटी भी नहीं आता बच्चे सो तो यह भी नहीं होएगा उस तुँ 7 सैवन एंड नाइन सिक्सटीन सिक्सटीन एंड वन सैवनटीन सैवनटीन एंड टू नाइनटीन नाइनटीन एंड एट ट्वेंटी सैवन यस ए क्योंकि थ्री नाइन टेबल तो ट्वेंटी सैवन है। उस बाद बच्चे है कि नाइन एंड वन 10, टेन एंड टू 9 and 1 10 10 and 2 12 12 and 3 15 ਸੋ ਐ ਨਹੀਂ ਹੋਏਗਾ ਕਿਉਂਕਿ 9 ਦੇ ਟੇਬਲ ਤੇ 15 ਨਹੀਂ ਆਂਦਾ ਸੋ ਬਹੁਤ ਹੀ ਆਸਾਨ ਹੈ ਆਹ ਜੀ ਬੱਚੇ ਅ ਵਿਚ ਆਫ ਦਾ ਵਿਚ ਆਫ ਦਾ ਫੋਲੋਇੰਗ ਨੰਬਰਸ ਆਰ ਡਿਵੀਜ਼ੀਬਲ ਬਾਈ 4 ਹਾਂਜੀ 4 ਤੇ ਉੱਤੇ ਕੰਡੀਸ਼ਨ ਕੀ ਸੀ ਜਿਸ ਨੰਬਰ ਦੇ ਪਿੱਛੇ ਪਿਛਲੇ ਦੋ ਡਿਜੀਟ ਫਗਰ 4 ਦੇ ਟੇਬਲ ਤੇ ਆਉਂਦੇ ਨੇ ਜਾਂ 4 ਨਾਲ ਡਿਵਾਈਡ ਹੁੰਦੇ ਨੇ ਉਹ ਡਿਜੀਟ ਕਿ ਹੋਏਗਾ 4 ਨਾਲ ਉਹ ਸਾਰਾ ਸਾਰਾ ਨੰਬਰ ਕਿ ਹੋਏਗਾ 4 ਡਿਵੀਜ਼ੀਬਲ ਹੋਏਗਾ ਉਹ ਦੇਖੋ 18 ਜਿਹੜਾ ਹੈ 18 ਜਿਹੜਾ 18 18 ਜਿਹੜਾ 4 4 ਡਿਵਾਈਡ ਨਹੀਂ ਹੁੰਦਾ ਸੋ ਇਹ ਨੰਬਰ ਨਹੀਂ ਹੋਏਗਾ ਫਿਰ ਇੱਥੇ ਵੀ 18 ਅਗੇ ਅਗੇ 18 ਐਵਨੀ ਹੋਏਗਾ ਕਲੀਅਰ ਉਸ ਤੋਂ ਬਾਅਦ 4 ਯਸ 04 04 ਦਾ ਮਤਲਬ 4 ਹੀ ਹੋਏਗਾ ਤੋਂ 4 ਡਿਵੀਜ਼ੀਬਲ ਤੇ 4 ਆਂਦਾ ਸੋ ਇਹ ਹੋਏਗਾ ਨੰਬਰ ਕਲੀਅਰ 65 65 ਬੱਚੇ 4 ਡਿਵੀਜ਼ੀਬਲ ਤੇ ਡਿਵਾਈਡ ਹੋਏਗਾ Uh, 64 ਤੁਸੀਂ ਡਿਵਾਈਡ ਕਰਕੇ ਤੁਸੀਂ 65 ਨੂੰ ਡਿਵਾਈਡ ਕਰਕੇ ਦੇਖ ਸਕਦੇ ਹੋ ਫੋਲ ਨਾ ਠੀਕ ਹੈ 65 ਨੂੰ ਡਿਵਾਈਡ ਕਰਕੇ 65 ਨੂੰ 4 ਨਾਲ ਡਿਵਾਈਡ ਕਰਦੇ ਹੋਏਗਾ ਨਹੀਂ ਵੈਸੇ 1 ਤੇ 4 25 ਯੇਸ yes, 25 ਨਹੀਂ ਆਉਂਦਾ ਨਾ ਕਿਉਂਕਿ 24 ਆਂਦਾ ਹੈ ਤੋ ਰਿਮੇਂਡਰ 1 ਬਚਿਆ ਰਿਮੇਂਡਰ ਕੀ ਬਚਿਆ 1 ਤੋ ਡਿਵਾਈਡ ਨਹੀਂ ਹੋਇਆ ਪ੍ਰੋਪਰ ਡਿਵਾਈਡ ਨਹੀਂ ਹੋਇਆ ਸੋ ਇਹ ਨੰਬਰ ਜਿਹੜਾ ਹੋਏਗਾ ਇਹ ਨੰਬਰ ਡਿਵੀਜ਼ੀਬਲ ਬਾਈ ਸਰ 4 ਨਹੀਂ ਹੋਏਗਾ this number is not divisible by 4 ਹਾਂ ਜੀ ਬੱਚੇ 12 ਲਾਸਟਲੇ ਦੋ ਡਿਜੀਟ ਦੇਖਨੇ ਆ 12 ਆਂਦਾ 12 400 ਦੇ ਟੇਬਲ ਤੇ yes ਸੋ ਇਹ ਸਾਰਾ ਨੰਬਰ 4 ਨਾਲ ਡਿਵਾਈਡ ਹੋਏਗਾ ਹਾਂ ਜੀ ਬੱਚੇ 19 4 94 ਵੀ ਨਹੀਂ ਆਂਦਾ ਟੇਬਲ ਤੇ ਠੀਕ ਹੈ 4 ਦੇ ਟੇਬਲ ਤੇ ਡਿਵਾਈਡ ਨਹੀਂ ਹੋਏਗਾ ਸੋ ਇਹ ਵੀ ਨੰਬਰ ਅਸੀਂ ਨਹੀਂ ਲੈ ਸਕਦੇ ਹਾਂ ਜੀ ਬੱਚੇ 8 ਵਾਸਤੇ ਕੀ ਸੀ 8 ਵਾਸਤੇ ਅਸੀਂ ਦੇਖਣ ਹੁੰਦੇ ਆ ਲਾਸਟਲੇ 3 ਡਿਜੀਟਸ ਜਾਂ ਲਾਸਟ 3 3 ਜ਼ੀਰੋਸ ਹੋਣ ਜਾਂ ਲਾਸਟਲੇ 3 ਡਿਜੀਟ ਜਿਹੜੇ ਆ ਉਹ 8 ਤੇ ਡਿਵਾਈਡ ਹੋਣੇ ਚਾਹੀਦੇ ਹੁਣ 138 ਅਜੀ 138 ਕੀ ਡਿਵਾਈਡ ਹੋਏਗਾ 8 ਤੇ ਚਲੋ ਡਿਵਾਈਡ ਕਰਕੇ ਦੇਖਦੇ ਆ 138 138 ਨੂੰ 8 ਨਾਲ ਡਿਵਾਈਡ ਕਰਕੇ ਦੇਖਦੇ ਆ ਹਾਂਜੀ 1 ਤੇ 8 5 ਐਂਡ 8 58 ਆਉਂਦਾ ਬੱਚੇ 8 ਦੇ ਲੈਵਲ ਤੇ ਨਹੀਂ ਆਉਂਦਾ ਨਾ 100 ਡਿਵਾਈਡ ਨਹੀਂ ਹੋਣਾ ਕਿਉਂਕਿ 8 6 4 सैवन है ना सैवन फिफ्टी सिक्स आएगा और टू रिमाइंडर बचता है सो so, डिवाइड नहीं होया सो ए नंबर जोड़ा होएगा ए डिविज बाय एट नहीं है उसद तो की ये बच्चे नाइन थ्री सैवन टू थ्री सैवन टू को करो डिवाइड करके देखते हैं थ्री सैवन टू देखो थ्री सैवन टू में एटना करके देखो हाँ जी ਅ uh, 32 ਇੱਥੇ ਆਇਆ 5 ਐਂਡ 252 26 ਘਟਦਾ ਹੈ 6 ਤੇ 4 ਤਾਂ ਰਿਮੇਂਡਰ ਕੀ ਆਇਆ 4 ਸੋ ਐਵੀ ਡਿਵਾਈਡ ਨਹੀਂ ਹੋਇਆ ਸੋ ਐਵੀ ਡਿਵਾਈਡ ਨਹੀਂ ਹੋਏਗਾ ਕਿਹਦਾ ਸੀ ਐਵੀ ਡਿਵਾਈਡ ਨਹੀਂ ਹੋਏਗਾ ਹੁੰਦਾ ਇਹ ਦੇਖੋ ਆਹਲਾ ਇਹ ਨੰਬਰ ਦੇ 3rd ਲਾਸਟ 3 ਡਿਜੀਟ ਕੀ ਹੈ 7 8 4 ਹਾਂਜੀ 7 8 4 ਚੱਕਰ ਦੇ ਕਿਦਾਂ ਸੀ 7 8 4 ਡਿਵਾਈਡ ਕਰਕੇ ਦੇਖਦੇ ਹਾਂ 7 8 4 ਹਾਂਜੀ 9th 8864 हां जी बच्चे रिमाइंडर क्या आया 0 रिमाइंडर खत्म सो ए नंबर ਹੋਏਗਾ ਸੋ ਐਂਡ ਥਿਸ ਨੰਬਰ ਇਜ਼ ਡਿਵੀਜ਼ੀਬਲ ਬਾਈ 8 ਤੁਸੀਂ ਚੈੱਕ ਵੀ ਕਰ ਸਕਦੇ ਹੋ ਸਾਰੇ ਨੰਬਰ ਨੂੰ ਡਿਵਾਈਡ ਕਰਕੇ ਕਲੀਅਰ ਉਸ ਤੋਂ ਬਾਅਦ ਬਚੇ ਕੀ ਹੈ 976 ਚੈੱਕ ਕਰੋ 976 976 ਬਚੇ 976 ਨੂੰ 8 ਨਾਲ ਵੰਡ ਕਰਕੇ ਦੇਖੋ 1 ਤੇ 8 ਆਇਆ 72 ਤੇ 16 ਆਇਆ 2 ਤੇ ਯਸ ਫਿਰ ਅਗੇਨ ਰਿਮੇਂਡਰ 0 ਰਿਮੇਂਡਰ ਇਸ 0 ਸੋ so, 8 ਜਿਹੜਾ ਉਹ ਡਿਵਾਈਡ ਕਰੇਗਾ ਕਿੰਨੂੰ ਇਸ ਨੰਬਰ ਨੂੰ ਇਹ ਵੀ ਨੰਬਰ ਹੋਏਗਾ ਲਾਸਟ ਨੰਬਰ ਕੀ ਹੈ ਲਾਸਟ ਨੰਬਰ ਵੀ ਹੈ 100335 ਹਾਂਜੀ 335 ਨੂੰ ਕਰਕੇ ਦੇਖੋ ਐਨ ਹੀ ਹੋਏਗਾ ਨਾ 335 ਨੂੰ 8 ਨਾਲ ਕਰਕੇ ਦੇਖੋ ਹਾਂਜੀ ਬੱਚੇ 32 1 ਐਂਡ 15 ਹਾਂਜੀ ਬੱਚੇ 8 ਤੇ 1 ਹਾਂਜੀ ਰਿਮੇਂਡਰ ਕਿੰਨਾ ਬਚੇਗਾ 7 ਹੈਨਾ 7 ਆਇਆ ਰਿਮੇਂਡਰ ਸੋ ਥਿਸ ਨੰਬਰ ਇਜ਼ ਨਾਟ ਡਿਵੀਜ਼ੀਬਲ ਬਾਈ 8 ਕਲੀਅਰ ਨਾਟ ਡਿਵੀਜ਼ਲ ਬਾਏ ਸੋ ਐਸੀ ਬੱਚੇ ਦਾ ਐਕਸਰਸਾਈਜ਼ ਐਕਸਰਸਾਈਜ਼ ਜਿਹੜੀ ਤੁਹਾਨੂੰ ਮੈਂ ਦਿੱਤੀ ਸੀ ਤੁਹਾਨੂੰ ਉਹਦੇ ਸੋਲੂਸ਼ਨ ਦੱਸਤੇ ਆ ਤੋਂ ਬੜੇ ਸੋਹਣਾ ਤਰੀਕੇ ਦੇ ਨਾਲ ਤੁਸੀਂ ਇਹਨੂੰ ਨੋਟਬੁੱਕ ਤੇ ਕਰਨਾ ਠੀਕ ਹੈ ਸੋਹਣਾ ਕਰਕੇ ਥੈਂਕ ਯੂ ਵੈਰੀ ਮੱਚ